ਪੰਜਾਬ ਵਿੱਚ ਦਾਣਾ ਮੰਡੀਆਂ 1 ਅਪ੍ਰੈਲ ਤੋਂ ਖੁੱਲ੍ਹਣਗੀਆਂ ਅਤੇ ਸਰਕਾਰ ਵੱਲੋਂ ਕਣਕ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਸੂਬੇ ਭਰ ਵਿੱਚ 1387 ਖਰੀਦ ਕੇਂਦਰ ਬਣਾਏ ਗਏ ਨੇ। ਖਰੀਦ ਦੇ ਕੰਮ ਨੂੰ ਸੁਖਾਵਾਂ ਬਣਾਉਣ ਲਈ ਮੰਡੀਆਂ ਵਿੱਚ 149 ਮੇਨ 275 ਸਬ ਥੜੇ ਬਣਾਏ ਗਏ ਨੇ। ਮੰਡੀਆਂ ਵਿੱਚ ਬਾਰਦਾਨਾ ਪੁੱਜਣਾ ਸ਼ੁਰੂ ਹੋ ਗਿਆ ਅਤੇ ਪੱਲੇਦਾਰਾਂ ਸਮੇਤ ਲੇਬਰ ਦੇ ਟੈਂਡਰਾਂ ਦਾ ਕੰਮ ਵੀ ਚੱਲ ਰਿਹਾ। ਸਾਨ ਦੀਆਂ ਬੋਰੀਆਂ ਦੀ ਮੁੜ ਤੋਂ ਵਰਤੋਂ ਕਰਨ ਦਾ ਫੈਸਲਾ ਲਿਆ ਗਿਆ ਹੈ। ਪਲਾਸਟਿਕ ਦੀਆਂ ਬੋਰੀਆਂ ਦੀ ਕੇਵਲ ਬਾਰਦਾਨਾ ਘਟਣ ਦੀ ਸੂਰਤ ਵਿੱਚ ਵਰਤੋਂ ਕਰਨ ਦੀ ਇਜਾਜ਼ਤ ਹੋਵੇਗੀ। ਜਾਣਕਾਰੀ ਮੁਤਾਬਕ ਬਠਿੰਡਾ ਵਿੱਚ 170 ਅਤੇ ਸੰਗਰੂਰ ਵਿੱਚ 170 ਖਰੀਦ ਕੇਂਦਰ ਬਣਾਏ ਗਏ ਨੇ। ਅੰਮ੍ਰਿਤਸਰ ਵਿੱਚ ਖਰੀਦ ਕੇਂਦਰਾਂ ਦੀ ਗਿਣਤੀ 44, ਬਰਨਾਲਾ ਵਿੱਚ 88, ਫਰੀਦਕੋਟ ਵਿੱਚ 51, ਫਿਰੋਜ਼ਪੁਰ ਵਿੱਚ 109, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 5 ਅਤੇ ਤਰਨ ਤਾਰਨ ਵਿੱਚ 8 ਮੇਨ ਥੜੇ ਬਣਾਏ ਗਏ ਨੇ। ਫੂਡ ਅਤੇ ਸਪਲਾਈ ਵਿਭਾਗ ਤੋਂ ਜਾਣਕਾਰੀ ਮੁਤਾਬਕ 6 ਏਜੰਸੀਆਂ ਵੱਲੋਂ ਖਰੀਦ ਕੀਤੀ ਜਾਵੇਗੀ। ਖੇਤੀਬਾੜੀ ਵਿਭਾਗ ਦੇ ਬੁਲਾਰੇ ਦਾ ਕਹਿਣਾ ਹੈ ਕਿ 35 ਲੱਖ ਹੈਕਟੇਅਰ ਏਕੜ ਵਿੱਚ ਕਣਕ ਬੀਜੀ ਗਈ ਹੈ ਅਤੇ 166 ਲੱਖ ਟਨ ਉਤਪਾਦਨ ਦੀ ਆਸ ਕੀਤੀ ਜਾ ਰਹੀ ਹੈ। ਉਧਰ ਵਿਭਾਗ ਮੀਂਹ ਕਰਕੇ ਫਸਲ ਦਾ ਝਾੜ 10% ਤੱਕ ਘੱਟ ਜਾਣ ਨੂੰ ਲੈ ਕੇ ਚਿੰਤਾ ਵਿੱਚ ਹੈ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।